ਹਾਂਜੀ ਜੀ, ਮੈਂ ਤਾਂ ਬਾਈ ਜੀ ਇਹੀ ਕਹਿਣਾ ਚਾਹੁੰਦਾ ਵੀ ਚਲੋ ਉਹ ਚੰਗਾ ਫੈਸਲਾ ਹੈ ਵੀ ਜੇ ਇਹ ਕਰ ਰਹੇ ਨੇ ਜੋ ਵੀ, ਪਰ ਇਹ ਆ ਵੀ ਇਹਨੂੰ ਇੱਕ ਤਾਂ ਸਿਰੇ ਚੜਾਉਣ ਜੀ ਇਹ, ਵੀ ਇਹ ਨਾ ਹੋਵੇ ਕੱਲਾ ਐਲਾਨ ਹੀ ਰਹਿ ਜੇ, ਜਿਵੇਂ ਆਹ ਪਹਿਲਾਂ ਕਹਿੰਦੇ ਸੀ ਇੰਨੇ ਮੈਡੀਕਲ ਕਾਲਜ ਇੰਨੇ ਫਲਾਣੇ, ਉਹ ਆਰ ਟੀ ਆਈ ਲਾ ਕੇ ਪੁੱਛਿਆ ਉਹਦਾ ਹਜੇ ਨਕਸ਼ਾ ਹੀ ਨੀ ਤਿਆਰ ਹੋਇਆ ਮੈਡੀਕਲ ਕਾਲਜਾਂ ਦਾ, ਤੁਸੀਂ ਹਿਸਾਬ ਲਾ ਲਓ 3 ਸਾਲ ਹੋ ਗਏ। ਹਾਂਜੀ, ਤੇ ਇਹ ਗੱਲ ਹੈ ਵੀ ਬਾਕੀ ਜਿੰਨਾ ਕੰਮ ਕਰਨਾ ਚਾਹੀਦਾ ਨਾ ਓਨਾ ਨਹੀਂ ਕਰਦੇ, ਸਿਆਸਤ ਵੱਧ ਕਰਦੇ ਨੇ। ਜਿਹੜਾ ਇੱਕ ਇਹਨਾਂ ਦਾ ਇਹ ਸਲੋਗਨ ਹੈਗਾ ਸਣੇ ਮੋਦੀ ਸਾਹਿਬ ਵੀ 70 ਸਾਲਾਂ ਚ ਕੁਛ ਨੀ ਹੋਇਆ, ਵੀ ਚਲੋ ਠੀਕ ਹੈ ਤੁਸੀਂ ਇਹ ਨਹਿਰ ਅੱਜ ਕੱਢ ਰਹੇ ਹੋ, ਇਦੂ ਪਹਿਲਾਂ ਵਾਲੀਆਂ ਧਿਰਾਂ ਵੀ ਉਹਨਾਂ ਵੀ ਤਾਂ ਕੋਈ ਖਾਲੇ ਬਣਾਏ, ਹੋਰ ਕਰੇ, ਬਥੇਰਾ ਕੁਛ ਕਰਿਆ ਜੀ ਉਹਨਾਂ, ਚਲੋ ਥੋੜਾ ਕਰਿਆ ਹੋਵੇ ਬਹੁਤਾ ਕਰਿਆ ਹੋਵੇ, ਪਰ ਜਿਹੜਾ ਤੁਸੀਂ ਇੱਕ ਇਹ ਸਲੋਗਨ ਘੜ ਲਿਆ ਵੀ 70 ਸਾਲਾਂ ਚ, ਉਹ ਵੀ ਕਹਿੰਦੇ ਵੀ ਦੇਸ਼ ਆਜ਼ਾਦ 14 ਤੋਂ ਬਾਅਦ ਹੋਇਆ, ਇਹ ਵੀ ਕਹਿੰਦੇ ਵੀ 70 ਸਾਲਾਂ ਚ ਕੁਛ ਨੀ ਹੋਇਆ, ਵੀ ਬਿਲਕੁਲ ਹੀ ਅਗਲੇ ਨੂੰ ਜ਼ੀਰੋ ਕਰ ਦੋ, ਇਹ ਵੀ ਗੱਲ ਚੰਗੀ ਨੀ ਹੈਗੀ। ਸ਼ੋਰ। ਤੇ ਬਾਕੀ ਜਿਹੜੀਆਂ ਹੁਣ ਜਿਹੜੀਆਂ ਨਹਿਰਾਂ ਚੱਲ ਰਹੀਆਂ ਨੇ ਜੀ, ਉਹ 50% ਵੀ ਕਪੈਸਿਟੀ ਨੀ ਹੈਗੀ ਉਹਨਾਂ ਦੀ, ਉਹ ਲਾ ਲਓ ਡੀਸਿਲਟਿੰਗ ਹੋਣ ਵਾਲੀ ਆ, ਉਹਨਾਂ ਦੀ ਸਾਫ਼ ਸਫਾਈ ਦਾ ਕੰਮ ਹੋਣ ਵਾਲਾ ਹੈ, ਉਧਰ ਵੀ ਤਾਂ ਧਿਆਨ ਦੇਣ, ਜਿਹੜੀਆਂ ਬਣੀਆਂ ਬਣਾਈਆਂ ਨੇ ਉਹਦੇ ਵਿੱਚ ਤਾਂ ਕੰਮ ਸਗੋਂ ਟਾਈਮ ਥੋੜਾ ਲੱਗਦਾ ਜੀ। ਬਿਲਕੁਲ ਠੀਕ ਹੈ, ਉਹ ਵੀ ਅੱਗਾ ਦੌੜ ਪਿੱਛੇ ਚੌੜ ਨਾ ਹੋ ਜੇ। ਬਾਕੀ ਮੈਂ ਜਿਵੇਂ ਫੈਸਲਿਆਂ ਦਾ ਜ਼ਿਕਰ ਕੀਤਾ ਵੀ ਪਹਿਲਾਂ ਵਾਲੇ ਫੈਸਲੇ ਹਜੇ ਵਿੱਚ ਹੀ ਰੋਲਦੇ ਫਿਰਦੇ ਨੇ, ਇਹ ਨਾ ਹੋਵੇ ਵੀ ਸਿਰਫ ਵੋਟਾਂ ਦਾ ਲਾਹਾ ਲੈਣ ਵਾਲੇ ਪਾਸੇ ਵੀ ਇੱਕ ਐਲਾਨ ਕਰ ਦਿਓ ਜੀ ਮੁੜ ਕੇ, ਫਿਰ ਦੇਖੀ ਜਾਊਗੀ ਕਦੋਂ ਬਣੂਗੀ ਕਦੋਂ ਨਾ ਜੀ।